ਕਰਦੇ ਮੈਂ ਉਹ ਕਰ ਸਕਦਾ ਮੈਂ ਫਤਿਹ ਮੰਗਦਾ ਮੈਨੂੰ ਆਣ ਕੇ ਕਹੀ ਮੇਰਾ ਮੈਂ ਤੇਰੇ ਆਖੇ ਨਹੀਂ ਲੱਗਦਾ ਆ ਤੂੰ ਤੰਗ ਕਰੀ ਜਾਂਦਾ ਮੈਂ ਕਿਹਾ ਮੈਂ ਇਹਨੂੰ ਇੱਥੇ ਰੱਖ ਫਿਰ ਮੇਰੇ ਮੂੰਹ ਵੱਲ ਉਹ ਨਜਾਇਜ਼ ਨਹੀਂ ਕੰਮ ਕੀਤਾ ਬਿਲਕੁਲ ਇਹਦੇ ਮੇਰੇ ਖਿਆਲ ਨਾਲ ਦਾ ਘਰ ਤੇਰਾ ਪਾਲੇ ਪਾਸੇ ਨੂੰ ਸੀਮਟ ਦੀਆਂ ਪਰਤਾਂ ਕਦੋਂ ਰੱਖਣੀਆਂ ਸ਼ੁਰੂ ਕਰਨੀਆਂ ਕਿੰਨੇ ਦਿਨਾਂ 'ਚ ਹੋ ਜੂ ਕੰਮ ਆਪਣੀ ਪੈਣੀ ਹੈਗੀ ਇਹਦੇ ਨਾਲ ਹੀ ਫਤਿਹ ਮੰਗਦੇ ਘਰ ਵੀ ਸਾਂਝਾ ਹੁਣ ਉੱਥੇ ਨਾਲੀ ਉੱਦਾਂ ਹੀ ਨਹੀਂ ਚੱਲਦੀ ਉੱਦਾਂ ਹੀ ਚੱਲਦੀ ਹੈ ਹੈਂ ਉੱਦਾਂ ਹੀ ਉੱਦਾਂ ਐਸੇ ਗੱਲੋਂ ਹੈ ਨਾ ਉੱਧਰ ਮੇਰੇ ਨਾਲ ਲੜਿਆ ਸੀ ਮੈਂ ਕਿਹਾ ਮੈਂ ਕਿਸੇ ਨਾਲ ਨਜਾਇਜ਼ ਨਹੀਂ ਹੋਣ ਦੇਣੀ ਚਾਹ ਪੀਣੀ ਮੈਂ ਕਿਹਾ ਹਾਂ ਉਹ ਚਾਹ ਹਜੇ ਤਾਂ ਨਹੀਂ ਆਈ ਜੀ ਉਹਦੀ ਉਹ ਵੀ ਫਤਿਹ ਦਾ ਕੋਈ ਲੱਗਦਾ ਨਹੀਂ ਅਸੀਂ ਜੀ ਹੁਣ ਪੇਟ ਦੀ ਖਾਤਰ ਨਿਆਣੇ ਛੱਡ ਕੇ ਆਏ ਜਾਂ ਸਾਨੂੰ ਕੋਈ ਭੂਰੀ ਜਾਵੇ ਭੂਰਾ ਨੂੰ ਕਿਹੜਾ ਕਿਸੇ ਦੇ ਮਤਾਹਤ ਮੈਂ ਚੱਕਦਾ ਮਿੱਟੀ ਤੇ ₹500 ਨਾਲ ਰੋਟੀ ਖਾ ਹੁੰਦੀ ਇਹਨੇ ਬੰਦਿਆਂ ਦੀ ਸਦਾਈ ਸੀ ਬਹੁਤ ਵੱਡਾ ਉਹ ਬਹੁਤ ਵੱਡਾ ਸਦਾਈ ਸੀ ਛੱਡੀ ਨੀ ਜਾਂਦੇ ਸਫਾਈ ਨੀ ਕਰਦਾ ਪੂਰੀ ਸਫਾਈ ਪੂਰੀ ਕਰੋ ਆਪਣੀ ਆਪਣੀ ਜਿਹਦਾ ਨਾ ਹੀ ਢਿੱਲੂ ਆ ਉਹਨੇ ਫਿਰ ਵਿਚਾਰੇ ਨੇ ਕੀ ਕਰ ਲੈਣਾ ਤੇਜ਼ ਕੰਮ ਉੱਥੇ ਗਿਲਾ ਬਣਦਾ ਹੀ ਨਹੀਂ ਹੈਗਾ ਜੱਟ ਨੂੰ ਕਿੱਦਾਂ ਜਾਣਦਾ ਤੂੰ ਚੋਰੀ ਕਿਹੜੀ ਚ ਉਹ ਦੋ ਭਰਾ ਹੁੰਦੇ ਸੀ ਇੱਕ ਭਰਾ ਤਾਂ ਉੱਥੇ ਸਾਡੇ ਕੋਲ ਹੁੰਦਾ ਸੀ ਇੱਕ ਉੱਦਾਂ ਵੈਸੇ ਪੱਲੇਦਾਰੀ ਕਰਦਾ ਹੁੰਦਾ ਸੀ ਲੜਦਾ ਬਹੁਤ ਸੀ ਲੜਾਈ ਐਵੇਂ ਕਰ ਲੈਂਦਾ ਸੀ ਜਾਨ ਤਾਂ ਬਹੁਤ ਸੀ ਠੇਕੇਦਾਰ ਦਾ ਕਦਮ ਸੀ ਨਹਿਰੋ ਪਾਰ ਦਾ ਉਹ ਜਾਣਦੇ ਸੀ ਉਹਨੂੰ ਉੱਥੇ ਉਹਦਾ ਪਤਾ ਹੋਟਲ ਆ ਉਦੋਂ ਉਹਨੇ ਪਾਇਆ ਸੀ ਉਹਦਾ ਪਤਾ